ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਲਵਲੀ ਤੂਰ ਤੇ ਮੇਰੇ ਨਾਲ ਤੁਹਾਡਾ ਆਪਣਾ ਗੱਲ ਰੌਂਟਾ। ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ ਸਾਰੇ? ਠੀਕ ਹੋ? ਤੇ ਤਕਰੀਬਨ ਆਪਣੇ ਸਾਰੇ ਦੁਨੀਆਂ ਦੇ ਵਿੱਚ ਬਿਮਾਰੀ ਚੱਲ ਰਹੀ ਹੈ ਨਾ, ਪ੍ਰੋਬਲਮ ਆ ਜਿਹੜੀ ਕਰੋਨਾ ਵਾਇਰਸ ਦੀ, ਉਹਦੇ ਕਰਕੇ ਸਾਰੇ ਘਰੇ ਹੀ ਆ ਤੇ ਅਸੀਂ ਵਿਹਲੇ ਸੀਗੇ ਤੇ ਸਾਡੇ ਮਨ 'ਚ ਬਹੁਤ ਚਿਰਦਾ ਸੀਗਾ ਕਿ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਆਂ, ਕਿਉਂਕਿ ਨਾ ਜਦੋਂ ਵੀ ਅਸੀਂ ਬਾਹਰ ਹੁੰਦੇ ਹਾਂ ਗੱਲ ਵੀ ਤਾਂ ਮੈਨੂੰ ਵੀ ਮੈਸੇਜ ਆਉਂਦੇ ਆ, ਜਿਹੜਾ ਫਲਾਨਾ ਗਾਣਾ ਬਾਈ ਤੁਸੀਂ ਲਿਖਿਆ ਸੀ ਉਹਦੇ ਤੁਹਾਡੇ ਮਨ 'ਚ ਕੀ ਥੋਟ ਸੀ, ਕੀ ਸੋਚ ਕੇ ਲਿਖਿਆ ਸੀ? ਇਹ ਗੱਲ ਰਿਕਾਰਡ ਹੋਇਆ ਗਾ, ਇਹ ਗੱਲ ਜਾਇਜ਼ ਵੀ ਆ, ਜਿਹੜਾ ਭੈਣ ਭਰਾਵਾਂ ਨੂੰ, ਲੋਕਾਂ ਨੂੰ, ਸਾਰਿਆਂ ਨੂੰ, ਆਪਾਂ ਨੂੰ ਵੀ ਹੁੰਦੀ ਸੀ ਜਦੋਂ ਆਪਾਂ ਨਹੀਂ ਲਿਖਦੇ ਸੀ, ਉਕਸੁਕਤਾ ਯਾਰ ਗਾਣਾ ਕਿਵੇਂ ਲਿਖਿਆ ਜਾਂਦਾ ਹੈ, ਇਹ ਕਿਵੇਂ ਆਉਂਦੇ ਨੇ ਗਾਣੇ, ਕਿਉਂਕਿ ਜਦੋਂ ਗਾਣਾ ਲਿਖਿਆ ਜਾਂਦਾ ਉਦੋਂ ਬਾਅਦ ਤਰਜ ਬਣ ਜਾਂਦੀ ਹੈ, ਬਿਲਕੁਲ ਗਾਣੇ ਦੇ ਹਿਸਾਬ ਨਾਲ ਤਰਜ ਬਣਦੀ ਹੈ, ਤਰਜ ਦੇ ਹਿਸਾਬ ਨਾਲ ਮਿਊਜ਼ਿਕ ਬਣ ਜਾਂਦਾ, ਮਿਊਜ਼ਿਕ ਦੇ ਹਿਸਾਬ ਨਾਲ ਗਾਣਾ ਬਣ ਜਾਂਦਾ ਤੇ ਗਾਣੇ ਤੋਂ ਮੁੜ ਕੇ ਵੀਡੀਓ ਬਣੇ ਵੇ ਗਾਣੇ ਤੋਂ ਸੋਚ ਲੈਂਦਾ ਬੰਦਾ, ਬਣਾ ਲੈਂਦੇ ਆ ਸਾਰੇ, ਯਾਨੀ ਕਿ ਗਾਣਾ ਹੁੰਦਾ ਤਾਂ ਤਰਜ ਬਣ ਜਾਂਦੀ ਹੈ, ਤਰਜ ਹੁੰਦੀ ਹੈ ਤਾਂ ਮਿਊਜ਼ਿਕ ਬਣ ਜਾਂਦਾ, ਮਿਊਜ਼ਿਕ ਹੁੰਦਾ ਤਾਂ ਵੀਡੀਓ ਬਾਰੇ ਸੋਚ ਜਾਂਦਾ, ਪਰ ਗਾਣੇ ਤੋਂ ਪਹਿਲਾਂ ਤਾਂ ਕੁਝ ਨਹੀਂ ਹੁੰਦਾ ਨਾ, ਉਹ ਤਾਂ ਇੱਕ ਥੋਟ ਹੁੰਦੇ ਨੇ, ਬਿਲਕੁਲ ਉਹ ਬੰਦਾ ਹਰੇਕ ਹੀ ਪੁੱਛਦਾ ਯਾਰ ਗਾਣਾ ਕਿਵੇਂ ਲਿਖਿਆ, ਹਨਾ, ਉਹਦੇ ਬਾਰੇ ਹੀ ਸੋਚਦੇ ਸੀ ਵੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਿਆ ਕਰੀਏ, ਸਾਡਾ ਟਾਈਮ ਨਹੀਂ ਲੱਗਦਾ ਸੀ, ਸਾਡਾ ਟਾਈਮ ਨਹੀਂ ਲੱਗਦਾ ਸੀ, ਸੋਚਦੇ ਸੀ ਕੈਮਰਾ ਤੇ ਸਟੈਂਡ ਲਿਆ ਕੇ ਵਧੀਆ ਪ੍ਰੋਫੈਸ਼ਨਲ ਜਾਂ ਘੈਂਟ ਜਾ ਕਰਿਆ ਕਰੀਏ ਕੰਮ, ਪਰ ਚੱਕਰ ਹੁਣ ਇਹ ਆ ਕਿ ਸਟੈਂਡ ਪੁਲਿਸ ਦਾ ਵੱਧ ਲਿਆ ਹੋਇਆ, ਸਟੈਂਡ ਪੁਲਿਸ ਦਾ ਬਹੁਤ ਸਖਤ ਆ, ਖੈਰ ਆਪਣੇ ਲਈ ਫਾਇਦਾ ਹੀ ਆ, ਹਾਂ ਫਾਇਦਾ ਹੈ, ਤੇ ਅਸੀਂ ਸੋਚਿਆ ਕਿ ਚੱਲ ਗੱਲਬਾਤ ਕਰੀ, ਖੇਤ ਆ ਕੇ ਨਾ ਅਕਾਲੀ ਦੀ ਖੁੰਗਰੀ ਚ ਡਾ ਕੇ ਮੋਬਾਈਲ ਫਸਾ ਲਿਆ, ਹੁਣ ਦੇਸੀ ਕੰਮ ਕੀਤਾ, ਦੇਸੀ ਕੰਮ, ਹਾਂ ਹਾਂ, ਹੁਣ ਅਸੀਂ ਉਹਦੇ ਲਈ ਸ਼ੁਰੂ ਕਰ ਰਹੇ ਹਾਂ, ਅਸੀਂ ਹੁਣ ਤਕਰੀਬਨ ਆਪਣੇ ਹੁਣ ਕਾਮ ਵਾਲੀ ਪਿਆ ਤੋਂ ਲੈ ਕੇ ਆਏ ਆ ਡੈਡ ਐਂਡ ਦੇ ਪਿਛੇ ਆ ਬਈਆ ਟੇਪ ਤੱਕ, ਹਨਾ ਤੱਕ, ਹਨਾ, ਤੇ ਅਸੀਂ ਅੱਜ ਦੋ ਦੋ ਗਾਣਿਆਂ ਕਰਕੇ ਹੁਣੇ ਸ਼ੁਰੂ ਕਰਾਂਗੇ, ਹਰੇਕ ਵਾਰੀ ਚ ਤੁਹਾਨੂੰ ਦੋ ਗਾਣਿਆਂ ਬਾਰੇ ਦੱਸਿਆ ਕਰਾਂਗੇ ਉਹ ਕਿਵੇਂ ਲਿਖੇ ਸੀ ਤੇ ਰਿਕਾਰਡ ਕਿਵੇਂ ਹੋਏ। ਅੱਜ ਆਪਾਂ ਸ਼ੁਰੂ ਕਰੀਏ ਸਾਹਬ ਤੇ ਸਰ ਨੇ, ਹਾਂ ਸਾਹਬ ਤੇ ਗੋਤਾਂ ਦੀ ਗਾਣੇ ਸੀ ਇਹ, ਹਨਾ ਦੋਨੇ, ਹਾਂ ਇਹਨਾਂ ਤੋਂ ਤਕਰੀਬਨ ਤੋਂ ਪਹਿਲਾਂ ਜਿੰਨਾ ਕਿ ਮੈਂ ਵੀ ਵੇਖਿਆ ਅਗਲਾ ਗੋਤ ਤੇ ਕੋਈ ਗਾਣਾ ਨਹੀਂ ਆਇਆ, ਹਨਾ, ਤੇ ਸਾਹਬ ਨਾਲ ਤੂੰ ਪਹਿਲਾਂ ਲਿਖਿਆ, ਸਾਹਬ ਪਹਿਲਾਂ ਲਿਖੇ, ਹਾਂ ਤੇ ਗਾਣਾ ਆਪਣਾ ਪਹਿਲਾਂ ਆਇਆ ਸਰ ਨੇਮ ਬਾਈ ਮੰਦਰੀ ਬਾਅਦ ਚ, ਇਹਦੇ ਪਿੱਛੇ ਕੀ ਕਾਰਨ ਲਿਖਿਆ ਪਹਿਲਾਂ ਉਹ ਸੀ, ਉਹ ਲੇਟ ਕਿਵੇਂ ਹੋ ਗਿਆ? ਅੱਛਾ ਇਹ ਜਿਹੜਾ ਨਾ, ਹਾਂ ਸਾਹਬ ਪਹਿਲਾਂ ਲਿਖਿਆ ਸੀ ਇੱਕ ਸਾਹਬ, ਪਹਿਲਾਂ ਮੈਂ ਪਹਿਲਾਂ ਸੁਣਦਾ ਹੁੰਦਾ ਸੀ, ਹਾਂ ਪਹਿਲਾਂ ਸੁਣ, ਸਾਹਬ ਲਿਖਣ ਦਾ ਦੱਸ ਦਈਏ ਕਾਰਨ ਲਿਖਿਆ ਕਿਉਂ ਸੀ ਸਾਹਬ, ਸੱਚ ਉਹਦੇ ਮਗਰ ਥੋੜ੍ਹ ਵੀ ਦੱਸ ਕੀ ਸੀ, ਹਾਂ ਉਹ ਕਿਉਂ ਲਿਖਿਆ ਸਾਹਬ ਵੀ ਮੇਰੇ, ਮੈਂ ਨਿੱਕਾ ਹੀ ਹੁੰਦਾ ਸੀ, ਡੈਡੀ ਡੈਥ ਹੋ ਗਈ ਸੀ 4 ਸਾਲ ਦੀ ਮੇਰੀ 'ਚ, ਪਰ ਡੈਡੀ ਦੀਆਂ ਯਾਦਾਂ ਕੁਛ ਮੇਰੇ ਨਾਲ ਸੀਗੀਆਂ, ਗੱਲਾਂ ਕੋਈ ਜਿਹੜੀਆਂ ਭੁਲੇਖਿਆਂ ਵਾਂਗੂ ਮੇਰੇ ਦਿਮਾਗ 'ਚ ਫਸੀਆਂ ਸੀ, ਕੁਛ ਮੈਨੂੰ ਮੰਮੀ ਨੇ ਦੱਸਤੀਆਂ, ਬੀਬੀ ਨੇ ਦੱਸਤੀਆਂ ਬਾਅਦ 'ਚ ਬਈ ਕਿ ਤੇਰੇ ਡੈਡੀ ਦੀਆਂ ਗੱਲਾਂ ਬਾਤਾਂ, ਮਾਤਾ ਕਹਿੰਦੇ ਵੀ ਤੂੰ ਉਹ ਗੁਰਦੁਆਰੇ ਚੱਕ ਕੇ ਲੈ ਕੇ ਜਾਂਦਾ ਹੁੰਦਾ ਸੀ, ਤੇ ਉਹਦੇ ਦੋਸਤ ਡੈਡੀ ਨੂੰ ਗਿੱਲ ਸਾਹਿਬ ਕਹਿੰਦੇ ਸਾਰੇ, ਹਨਾ ਮਿੱਤਰ ਦੋਸਤ ਕਾਲੇ ਬਾਈ ਹੁਣੀ ਸਾਰੇ, ਤੇ ਉਹ ਕਹਿੰਦੇ ਤੂੰ ਮੈਨੂੰ ਆ ਕੇ ਪੁੱਛਦਾ ਹੁੰਦਾ ਵੀ ਬੀਬੀ ਮੈਨੂੰ ਮੰਮੀ ਸਾਹਿਬ ਕਾਹਤੋਂ ਨਹੀਂ ਕਹਿੰਦੇ, ਡੈਡੀ ਨੂੰ ਸਾਹਿਬ ਕਹਿੰਦੇ ਆ ਗਿੱਲ ਸਾਹਿਬ, ਮੈਨੂੰ ਕਾਹਤੋਂ ਨਹੀਂ ਗਿੱਲ ਸਾਹਿਬ ਕਹਿੰਦੇ, ਤੇ ਉਹ ਕਹਿੰਦੇ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਪੁੱਤ ਵੀ ਇਹ ਜੋ ਤੂੰ ਵੱਡਾ ਹੋ ਕੇ ਸਾਹਿਬਾਂ ਵਾਲੇ ਕੰਮ ਕਰੇਗਾ ਤੈਨੂੰ ਵੀ ਸਾਹਿਬ ਕਹਿਣਗੇ। ਇਹ ਗੱਲ ਮੇਰੇ ਕਿਤੇ ਨਾ ਕਿਤੇ ਦਿਮਾਗ 'ਚ ਜਾਣੀ ਕਿ ਪਿੱਛੇ ਫਸੀ ਹੋਈ ਸੀ, ਕਿਉਂਕਿ ਜਦੋਂ ਤੁਸੀਂ ਲਿਖਣ ਲੱਗਦੇ ਹੋ ਸਾਰਾ ਕੁਛ ਉਹਦੀ ਨਹੀਂ ਆਉਂਦਾ, ਨਵੇਂ ਗੀਤਕਾਰਾਂ ਵਾਸਤੇ ਵੀ ਇਹ ਗੱਲ ਆ, ਜਦੋਂ ਤੁਸੀਂ ਲਿਖਣ ਲੱਗਦੇ ਹੋ ਸਾਰਾ ਕੁਛ ਉਹਦੀ ਨਹੀਂ ਤੁਹਾਨੂੰ ਗੱਲਾਂ, ਤੁਹਾਡਾ ਪਿਛਲੀਆਂ ਤੁਹਾਡੀਆਂ ਗੱਲਾਂ ਬਾਤਾਂ, ਤੁਹਾਡਾ ਪਾਸ ਆਉਂਦੀਆਂ ਦਿਮਾਗ, ਹਾਂ ਕਹਾਣੀਆਂ ਚੀਜ਼ਾਂ ਫਸੀਆਂ ਹੁੰਦੀਆਂ ਨੇ, ਤਾਂ ਇਹ ਗੱਲ ਫਸੀ ਹੋਈ ਸੀ ਸਾਹਿਬ ਗਾਣੇ ਪਿੱਛੇ ਵੀ ਗੋਤ ਪਿੱਛੇ ਸਾਹਿਬ, ਗਿੱਲ ਸਾਹਿਬ ਕਾਹਤੋਂ ਨਹੀਂ ਕਹਿੰਦੇ ਮੈਨੂੰ, ਉਹ ਗੱਲ ਕਰਕੇ ਮਿੱਤਰਾਂ ਦੀ ਗੋਤ ਪਿੱਛੇ ਬਲੀਏ ਮੱਲੋ ਮਲੀ ਲੱਗ ਜਾਂਦਾ ਸਾਹਿਬ ਨਹੀਂ ਤਾਂ ਬਣਿਆ ਸੀਗਾ ਇਹ ਗਾਣਾ, ਤੇ ਇਹ ਗਾਣਾ ਸੀਗਾ ਬਾਈ ਬਾਵੇ ਕੋਲੇ, ਹਾਂ ਇਹ ਗਾਣਾ ਸੀਗਾ ਬਾਈ ਬਾਵੇ ਕੋਲੇ, ਇਹ ਪਹਿਲਾਂ ਕਿਉਂ ਨਹੀਂ ਆਇਆ ਜਿਹੜੀ ਤੂੰ ਗੱਲ, ਹਾਂ ਇਹ ਬਾਵੇ ਬਾਈ ਕੋਲੇ ਗਾਣਾ ਸੀ, ਕਿਉਂਕਿ ਬਾਵੇ ਬਾਈ ਨਾਲ ਮੇਰੀ ਥੋੜੀ ਜਿਹੀ ਜਾਣ ਪਛਾਣ ਬਣ ਗਈ ਸੀ, ਉਹ ਤਕਰੀਬਨ ਆਪਣੇ ਬਾਈ ਨੇ ਗਾਣੇ ਗਾਏ ਸੀ ਲਾਈਵ, ਉਦੋਂ ਆਪਾਂ ਕੋਈ ਗਾਣੇ ਆਏ ਨਹੀਂ ਸੀਗੇ, ਆਪਾਂ ਫੇਸਬੁੱਕ ਤੇ ਭੇਜੇ ਸੀ, ਹਾਂ ਫੇਸਬੁੱਕ ਤੇ ਗਾਣੇ ਭੇਜੇ ਸੀ, ਉਹ ਸਾਡੇ ਗਾਣੇ ਆਏ ਨਹੀਂ ਸੀ, ਇਟਲੀ ਤੋਂ ਦੇਖ ਇਟਲੀ ਪਾਇਆ ਜੱਟ ਦਾ ਚੁਬਾਰਾ ਨਹੀਂ, ਇੱਕ ਬੰਝ ਬਰਾਬਰ ਜਿੱਦੇ ਕੇਜਰੀਵਾਲ ਦੀ ਪਹਿਲੀ ਵਾਰ ਸਰਕਾਰ ਬਣੀ ਆ, ਹਾਂ ਉਦੋਂ ਗਾਇਆ ਬਾਈ, ਉਦੋਂ ਬਾਈ ਨੇ ਲਾਈਵ 'ਚ ਉਹ ਗਾਣਾ ਗਾਇਆ ਸਾਡਾ, ਉਹਦੇ ਕਰਕੇ ਬਾਈ ਨਾਲ ਅਸੀਂ ਟੱਚ ਸੀ ਬਾਵੇ ਬਾਈ ਨਾਲ, ਤੇ ਸਭ ਤੋਂ ਪਹਿਲਾਂ ਟੱਚ 'ਚ ਆਉਣ ਵਾਲਾ ਸਿੰਗਰ ਵੀ ਆਪਣੇ ਰਣਜੀਤ ਬਾਵਾ ਬਾਈ, ਗਾਣਾ ਦਾ ਚਾਹੇ ਕੰਗਣ ਹੋਣ ਆ ਕੇ ਆਇਆ 2020 'ਚ 19 'ਚ। ਅੱਛਾ ਤੇ ਉਹ ਬਾਵੇ ਬਾਈ ਨੂੰ ਗਾਣੇ ਸਾਹਿਬ ਗਾਣਾ ਮੈਂ ਸੁਣਾਇਆ ਤੇ ਭੇਜਿਆ, ਉਹ ਕਹਿੰਦਾ ਗਾਣਾ ਇਹ ਕਰਾਂਗੇ ਆਪਾਂ, ਚਲੋ ਹੋਰ ਮੈਂ ਗਾਣੇ ਲਿਖਦਾ ਰਿਹਾ। ਉਦੋਂ ਬਾਅਦ ਜਸਵੀਰਪਾਲ ਬਾਈ ਇਜਾਸ ਰੈਕਡ ਵਾਲਾ ਨਾ ਮੇਰਾ ਵਧੀਆ ਹੋ ਗਿਆ, ਕਾਮ ਵਾਲੀ ਪਚਾਇਤ ਤੋਂ ਬਾਅਦ ਬਾਈ ਨਾਲ ਮੇਰੀ ਜਾਣ ਪਛਾਣ ਬਣ ਗਈ ਤੇ ਅਸੀਂ ਇੱਕ ਦੂਜੇ ਨਾਲ ਬਹਿਣ ਉੱਠਣ ਲੱਗ ਗਏ ਥੋੜਾ ਜਿਹਾ ਨਾ, ਤੇ ਉਦੋਂ ਬਾਅਦ ਬਾਈ ਜਸਵੀਰਪਾਲ ਨੇ ਸਿੰਗਰ ਸਾਈਨ ਕੀਤੇ ਸੀ ਨਵੇਂ ਜਸ ਰੈਕਡ ਦੇ ਵਿੱਚ, ਰਾਜਵੀਰ ਜਵੰਦਾ ਵੀਰਾ ਕਰਿਆ ਸੀਗਾ ਸਾਈਨ, ਤੇ ਉਦੋਂ ਬਾਈ ਦਾ ਗਾਣਾ ਆਇਆ ਸੀ, ਹਾਂ ਜਵੰਦੇ ਦੀ ਗਾਣਾ ਆ ਗਿਆ ਸੀ ਇੱਕ ਕਲੀ ਜਵੰਦੇ ਦੀ, ਤਾਂ ਜਸਵੀਰ ਬਾਈ ਦਾ ਮੈਨੂੰ ਫੋਨ ਆਇਆ ਵੀ ਆਪਾਂ ਨਵਾਂ ਆਰਟਿਸਟ ਸਾਈਨ ਕੀਤਾ, ਉਦੋਂ ਪਹਿਲਾਂ ਆਪਣਾ ਕਾਮ ਵਾਲੀ ਪਿਆ ਦਾ ਗਾਣਾ ਵੀ ਆ ਗਿਆ ਸੀ, ਕਾਮ ਵਾਲੀ ਪਿਆ, ਹਾਂ ਆਪਣਾ ਤਾਂ ਆ ਗਿਆ ਸੀ, ਤੇ ਉਦੋਂ ਬਾਅਦ ਜਸਵੀਰ ਬਾਈ ਦਾ ਫੋਨ ਆਇਆ ਵੀ ਐਂ ਕਰਕੇ ਆਪਾਂ ਜਿਹੜਾ ਕਲੀ ਜਵੰਦੇ ਦੀ ਇਹ ਮੁੰਡਾ ਆਪਾਂ ਨਵਾਂ ਸਾਈਨ ਕੀਤਾ ਤੇ ਗਾਣੇ ਕਰਨੇ ਆ, ਚੱਕਮਾ ਘੈਂਟ ਗਾਣਾ ਬਾਈ ਵਾਸਤੇ ਕੋਈ ਦੇ, ਹਨਾ, ਤੇ ਮੈਂ ਉਦੋਂ ਬਾਹਰ ਉੱਠ ਗਿਆ
ਕੋਈ ਗੁੱਸਾ ਨਾ ਕਰ ਜੇ ਮੇਰੇ ਦਿਮਾਗ ਚ ਨਾਲ ਹੀ ਆਏ ਮੈਂ ਕਹਿੰਦਾ ਬਾਬੇ ਬਾਈ ਕੋਲੇ ਵੀ ਗਾਣਾ ਪਿਆ ਸੀ ਬਾਈ ਕੀ ਸੋਚੂਗਾ ਹਾਂ ਵੀ ਯਾਰ ਉਹ ਕਹੂਗਾ ਯਾਰ ਬੰਦੇ ਨੇ ਉੱਧਰ ਦੇ ਦਾ ਵੀ ਗੁੱਸਾ ਜਾਂ ਉਹਦਾ ਬਣਾਇਆ ਵਾ ਨਾ ਹੋਵੇ ਉਹਦਾ ਨੁਕਸਾਨ ਨਾ ਹੋ ਜੇ ਇਹ ਸਾਰੀਆਂ ਗੱਲਾਂ ਕਰਕੇ ਤਾਂ ਮੈਂ ਖੈਰ ਫੋਨ ਕਰ ਲੈਂਦੇ ਬਾਬੇ ਬਾਈ ਨੂੰ ਮੈਂ ਫੋਨ ਕੀਤਾ ਬਾਬੇ ਨੂੰ ਮੈਂ ਕਿਹਾ ਬਾਈ ਕੀ ਹਾਲ ਨੇ ਠੀਕ ਹੋ ਬਾਈ ਯਾਰ ਐਂ ਕਰਕੇ ਜੇ ਤੁਸੀਂ ਸਾਹਬ ਗਾਣਾ ਵੀ ਨਹੀਂ ਕਰਨਾ ਤਾਂ ਮੈਂ ਉਹ ਗਾਣਾ ਕਰ ਲਾਂ ਤੇ ਵੀ ਆਪਾਂ ਹੋਰ ਕਰ ਲਾਂਗੇ ਉਹ ਕਹਿੰਦਾ ਨਹੀਂ ਰਹਿੰਦਾ ਗਾਣਾ ਤਾਂ ਡੰਮੀ ਬਣੀ ਪਈ ਆ ਤੇ ਉਹਦਾ ਗਾਣਾ ਆਪਾਂ ਕਰਨਾ ਉਹ ਨਾ ਦੇ ਕਿਤੇ ਮੇਰੇ ਫੇਰ ਪਿੱਸੂ ਪੈ ਗਏ ਤੇ ਮੈਂ ਕਿਹਾ ਠੀਕ ਆ ਬਾਈ ਮੈਂ ਫੋਨ ਕੱਟਤਾ ਤੇ ਰਾਤ ਲੰਘੀ ਕੈਨੇਡਾ ਰਾਤ ਸੀ ਇੱਥੇ ਦਿਨ ਸੀ ਜਸਵੀਰ ਬਾਈ ਨੂੰ ਮੈਂ ਉੱਠ ਕੇ ਸੁਬਾਹ ਹੀ ਫੋਨ ਕੀਤਾ ਮੈਂ ਕਿਹਾ ਬਾਈ ਵੀ ਯਾਰ ਤੁਸੀਂ ਨਾ ਉਹ ਗਾਣਾ ਨਾ ਕਰਿਓ ਸੋਰੀ ਉਹ ਗਾਣਾ ਮੇਰਾ ਕਿਸੇ ਨੂੰ ਦਿੱਤਾ ਵਾ ਸੀ ਤੇ ਬਾਈ ਨੇ ਬੜਾ ਮੈਨੂੰ ਰੁੱਖਾ ਕਹਿੰਦਾ ਯਾਰ ਇਹ ਕੀ ਵੀਰੇ ਗੱਲ ਹੋਈ ਕਿਉਂਕਿ ਉਹਦੇ ਨਾਲ ਨਵਾਂ ਰਿਲੇਸ਼ਨ ਸੀ ਬਾਈ ਨਾਲ ਜਸਵੀਰ ਨਾਲ ਹਨਾ ਤੇ ਕਹਿੰਦਾ ਯਾਰ ਸਹੀ ਸੀਗੇ ਨਾ ਬਾਈ ਹੁਣ ਵੀ ਸਹੀ ਸੀਗੇ ਹਾਂ ਉਹ ਕਹਿੰਦਾ ਯਾਰ ਵੀ ਇਹ ਕਿਹੜੀ ਗੱਲ ਹੋਈ ਵੀਰੇ ਕੱਲ ਤੂੰ ਸਾਨੂੰ ਦਿੱਤਾ ਯਾਰ ਵੀ ਐਂ ਨਹੀਂ ਹੁੰਦਾ ਇਹ ਤਾਂ ਗਾਣਾ ਅਸੀਂ ਕਰਨਾ ਮੈਂ ਕਿਹਾ ਨਹੀਂ ਬਾਈ ਵੀ ਸੋਰੀ ਉਹਦਾ ਮੇਰਾ ਦਿੱਤਾ ਹੋਏ ਗਾਣਾ ਇਹ ਤਾਂ ਨਹੀਂ ਆਪਾਂ ਕਰ ਸਕਦੇ ਬਾਈ ਨੇ ਜਾਣੀ ਕਿ ਮੈਨੂੰ ਕਿਹਾ ਯਾਰ ਕਹਿੰਦਾ ਚੰਗੀ ਗੱਲ ਨਹੀਂ ਹੁੰਦੀ ਏਦਾਂ ਪ੍ਰੋਫੈਸ਼ਨਲ ਕੰਮ ਨਹੀਂ ਹੁੰਦੇ ਤੂੰ ਵਧੀਆ ਨਹੀਂ ਕੀਤਾ ਮੈਨੂੰ ਵੀ ਫੀਲ ਹੋਇਆ ਮੈਂ ਕਿਹਾ ਵੀ ਮੈਂ ਗਲਤ ਕੀਤਾ ਬਾਈ ਹੁਣ ਉਹਨਾਂ ਨੇ ਦਿਨੇ ਉੱਤੇ ਡੰਮੀ ਬਣਾ ਲਈ ਕਹਿੰਦਾ ਯਾਰ ਅਸੀਂ ਤਾਂ ਤਿਆਰੀ ਕਰੀ ਬੈਠੇ ਹਾਂ ਗਾਣਾ ਅਸੀਂ ਤਾਂ ਤੈਨੂੰ ਕੱਲ ਨੂੰ ਕਹਿਣਾ ਸੀ ਵੀ ਪੂਰਾ ਭੇਜ ਤੇ ਗਾਣਾ ਕਰੀਏ ਇਹ ਮੈਂ ਬੜੀ ਨਮੋਛੀ ਜੀ ਮੰਨੀ ਕਹਿੰਦਾ ਯਾਰ ਵੀਰੇ ਗਾਣਾ ਮਾੜੀ ਗੱਲ ਆ ਤੇਰੀ ਇਹ ਮੈਂ ਕਿਹਾ ਬਾਈ ਆਪਾਂ ਹੋਰ ਘੈਂਟ ਗਾਣਾ ਕੋਈ ਕਰ ਲੈਂਦੇ ਹਾਂ ਕਿੰਨੇ ਗਾਣੇ ਪਏ ਨੇ ਕਹਿੰਦਾ ਨਹੀਂ ਯਾਰ ਜਾਂ ਤਾਂ ਹੁਣ ਏਡੀ ਗੱਲ ਲਿਖ ਕੇ ਦੇ ਹਾਂ ਤੇ ਨਹੀਂ ਆਏ ਨੀ ਗੱਲ ਹੈ ਕੋਈ ਤੇ ਵੱਲ ਵਧੀਆ ਨੀ ਤੇਰੀ ਮਰਜ਼ੀ ਆ ਤੇਰੀ ਬਾਈ ਨੇ ਕਹਿ ਕੇ ਫੋਨ ਕੱਟਤਾ ਤੇ ਮੈਂ ਵੀ ਬੜਾ ਇਹ ਨਮੋਛੀ ਜੀ ਮੰਨੀ ਤੇ ਪਰੇਸ਼ਾਨੀ ਮੈਂ ਕਿਹਾ ਨਵਾਂ ਇਹਨਾਂ ਬੰਦਿਆਂ ਨਾਲ ਵੀ ਉੱਧਰ ਵੀ ਰਿਸ਼ਤਾ ਟੁੱਟਣ ਤੋਂ ਹੀ ਮੈਂ ਨਹੀਂ ਚਾਹੁੰਦਾ ਸੀ ਬਾਈ ਗੁੱਸਾ ਕਰੇ ਰਣਜੀਤ ਬਾਬਾ ਇਸ ਗੱਲ ਦਾ ਬਿਲਕੁਲ ਇੱਧਰ ਵੀ ਅਸੀਂ ਇਹ ਟੁੱਟ ਖਰਾਬ ਨਾ ਹੋਵੇ ਹਾਂ ਉੱਥੇ ਹੀ ਫੇਰ ਨਵਾਂ ਬੰਨਾ ਸੀ ਇੱਧਰ ਵੀ ਹਾਂ ਗੱਲ ਉੱਥੇ ਹੀ ਫੇਰ ਜਾ ਖੜੀ ਹੋਈ ਮੈਂ ਕਿਹਾ ਯਾਰ ਵੀ ਇਹਨਾਂ ਨੇ ਕਹਿਣਾ ਬੰਦਾ ਉਹੀ ਨਿਕਲਿਆ ਤਾਂ ਯਾਰ ਹੈ ਨਹੀਂ ਹੈ ਨਾ ਕੁਛ ਤਾਂ ਦੋਨੇ ਬਾਈ ਫਸ ਗਏ ਹਨ ਹਾਂ ਤਾਂ ਫਿਰ ਪਰਮਾਤਮਾ ਥੋੜੀ ਬਾਹ ਫੜਦਾ ਮੈਂ ਉਸੇ ਰਾਤ ਹੀ ਸੋਚਿਆ ਗਾਣਾ ਕੋਈ ਵਧੀਆ ਲਿਖੇ ਤਾਂ ਸਰਨੇਮ ਲਫ਼ਜ਼ ਅੜ ਗਿਆ ਦਿਮਾਗ 'ਚ ਤਾਂ ਫਿਰ ਉਸੇ ਰਾਤ ਹੀ ਗੋਤ ਤੇ ਮੈਂ ਗਾਣਾ ਉਸੇ ਰਾਤ ਲਿਖ ਕੇ ਦੂਜੇ ਦਿਨ ਜਸਵੀਰ ਬਾਈ ਨੂੰ ਸੁਣਾਇਆ ਬਾਈ ਖੁਸ਼ ਵੀ ਬਹੁਤ ਹੋਇਆ ਤੇ ਮੈਨੂੰ ਕਹਿੰਦਾ ਕਮਾਲ ਆ ਯਾਰ ਬਹੁਤ ਘੈਂਟ ਗਾਣਾ ਤੂੰ ਬਹੁਤ ਛੇਤੀ ਲਿਖ ਕੇ ਦੇ ਦਿੱਤਾ ਸਾਨੂੰ ਤੇ ਤੁਸੀਂ ਪਸੰਦ ਵੀ ਕੀਤਾ ਸਾਰਿਆਂ ਨੇ ਸਰਨੇਮ ਦਾ ਹੁਣ ਤੁਹਾਨੂੰ ਇਹ ਵੀ ਦੱਸਿਆ ਗਿਆ ਵੀ ਲਿਖਿਆ ਕਿਵੇਂ ਸੀ ਉਹ ਤਾਂ ਸਿਰਫ ਮੇਰੀ ਇੱਕ ਹੋਰ ਵੀ ਆ ਸਾਰਿਆਂ ਨੇ ਇੱਕ ਆਪਣੇ ਆਉਂਦੇ ਆ ਮੈਨੂੰ ਵੀ ਬਹੁਤ ਪੁੱਛਿਆ ਕਿ ਤੁਹਾਡੇ ਵੀ ਕੋਠੀਆਂ ਤਿੰਨ ਤਾਂ ਪਾਈਆਂ ਨੀ ਲੈਣ ਦੇ ਵਿੱਚ ਹਾਂ ਉਹਦੀ ਚਲਾਇਆ ਨਾ ਹਾਂ ਕਿ ਤੁਸੀਂ ਉਹ ਕਿਵੇਂ ਜ਼ਿਕਰ ਕੀਤਾ ਆਮ ਪੁੱਛਦੇ ਆ ਉਹ ਦੱਸ ਇਹਨਾਂ ਨੂੰ ਬਾਈ ਹਾਂ ਇੱਕੋ ਲੈਣ ਵਿੱਚ ਪਾਈਆਂ ਤਿੰਨ ਕੋਠੀਆਂ ਪੂਰੀ ਚਰਚਾ ਪਿੰਡਾਂ 'ਚ ਸਾਡੇ ਲਾਣੇ ਦੀ ਉਹ ਨਾ ਉਹ ਲਾਈਨ ਜਿਹੜੀ ਪਾਈ ਉਹ ਮੇਰੇ ਪਹਿਲਾਂ ਦੀ ਉਹ ਵੀ ਲਾਈਨ ਜਿਵੇਂ ਕੁਛ ਚੀਜ਼ਾਂ ਫਸੀਆਂ ਹੁੰਦੀਆਂ ਨੇ ਉਹ ਲਾਈਨ ਨਹੀਂ ਫਸੀ ਸੀ ਪਰ ਮੈਂ ਨਾ ਜਦੋਂ ਕਿਤੇ ਵੀ ਲੰਘਦਾ ਬਾਹਰ ਅੰਦਰ ਆਪਣਾ ਧਿਆਨ ਵਜਦਾ ਆਪਣੇ ਪਿੰਡਾਂ 'ਚ ਖੇਤਾਂ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਤਿੰਨ ਤਿੰਨ ਕੋਠੀਆਂ ਇੱਕੋ ਲਾਈਨ 'ਚ ਜਾਂ ਨਿਆਈਆਂ ਨਿਆਈ 'ਚ ਪਾਈ ਹੁੰਦੀ ਹੈ ਲੋਕਾਂ ਦੀ ਹੈ ਨਾ ਉਹ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਮੈਨੂੰ ਲਾਣੇ ਘਰਾਣੇ ਪਰਿਵਾਰਾਂ ਦੀ ਗੱਲ ਵਧੀਆ ਲੱਗਦੀ ਹੈ ਨਾ ਵੀ ਜੁਆਇੰਟ ਫੈਮਿਲੀ ਆ ਤੇ ਉਹ ਨਾ ਜਦੋਂ ਸਾਡੇ ਪਿੰਡਾਂ ਤੋਂ ਇੱਧਰ ਭੋਡੀਪੁਰਾ ਪਿੰਡ ਅਗਲਾ ਆ ਜਾਂਦਾ ਉਹ ਤੂੰ ਕਹਿੰਦਾ ਭੋਡੀਪੁਰੇ ਤੋਂ ਜਦੋਂ ਆਗਲੀਏ ਨੂੰ ਜਾਈਦਾ ਹੈ ਨਾ ਤਾਂ ਖੱਬੇ ਹੱਥ ਆਉਂਦੀਆਂ ਤਿੰਨ ਕੋਠੀਆਂ ਇੱਕੋ ਜੀਆਂ ਪਲਸਤਰ ਰੰਗ ਨਹੀਂ ਹੋਈਆਂ ਹੋਈਆਂ ਤੇ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਉਹ ਮੇਰੇ ਦਿਮਾਗ 'ਚ ਸੀਗੀਆਂ ਉਹ ਮੈਂ ਫਿਰ ਉਹ ਗੱਲ ਉੱਥੇ ਚੱਕ ਕੇ ਪਾਈ ਵੀ ਇੱਕੋ ਲੈਣ ਵਿੱਚ ਪਾਈਆਂ ਤਿੰਨ ਕੋਠੀਆਂ ਪੂਰੀ ਚਰਚਾ ਪਿੰਡਾਂ 'ਚ ਸਾਡੇ ਲਾਣੇ ਦੀ ਤੇ ਉਹਦੇ ਤੇਰਾ ਨਾਂ ਵੀ ਪਾਇਆ ਸੀ ਸਾਡੇ ਲਵਲੀ ਨਜ਼ਾਰੀ ਦੀ ਆ ਚਰਚੇ ਬਿਲਕੁਲ ਬਿਲਕੁਲ ਤੇ ਇਹ ਤਾਂ ਤੁਹਾਨੂੰ ਇਹ ਵੀ ਦੱਸਿਆ ਗਿਆ ਵੀ ਸਰਨੇਮ ਕਿਉਂ ਲਿਖਿਆ ਤੇ ਫਿਰ ਇਹ ਹੈਮ ਸੰਧੂ ਕੋਲੇ ਗਾਣਾ ਕਿਵੇਂ ਜਾਂਦਾ ਤੇ ਬਾਈ ਬਾਬ ਨਾਲ ਫਿਰ ਤੂੰ ਕਿਵੇਂ ਨਿਬੜਿਆ ਨਿਬੜਨਾ ਤਾਂ ਕੀ ਫਿਰ ਉਹ ਤੱਕ ਨਾ ਗਾਣੇ ਆਪਣੇ ਆ ਗਏ ਸਰਨੇਮ ਆ ਗਿਆ ਹਿੱਟ ਹੋ ਗਿਆ ਸੁਖਣਾ ਮੌਕੇ ਤੇ ਲਿਖਿਆ ਗਾਣਾ ਐਂ ਹਿੱਟ ਹੋ ਜੇ ਮੈਂ ਕਹਿੰਦਾ ਸ਼ੋਗਰਾ ਵਾਗਰੂ ਦਾ ਤੇ ਉਦੋਂ ਬਾਅਦ ਸ਼ਾਨਦਾਰ ਕੰਗਣੀ ਵੀ ਆ ਗਿਆ ਸੀ ਸ਼ਾਇਦ ਗੁਰਨਾਮ ਨਾਲ ਵੀ ਗੋਰੀਆਂ ਦਾ ਗੇੜੇ ਆ ਗਿਆ ਸੀ ਕਾਂਵਾਂ ਵਾਲੀ ਪਚੈਤਾ ਚਲੋ ਪਹਿਲੇ ਜੰਗ ਗਾਣਾ ਬਹੁਤ ਵਧੀਆ ਚੱਲ ਗਿਆ ਸੀ ਸਾਡੇ ਵਾਲੇ ਹਾਂ ਸਾਡੇ ਵਾਲੇ ਤੋਂ ਬਾਅਦ ਹਿੰਮਤ ਮੈਨੂੰ ਫੋਨ ਕਰਦਾ ਸਾਡੇ ਵਾਲੇ ਵੀ ਸ਼ਾਇਦ ਆ ਗਿਆ ਸੀ ਸਾਡੇ ਵਾਲੇ ਗੁਰਨਾਮ ਦਾ ਗਾਣਾ ਆ ਗਿਆ ਸੀ ਤੇ ਮੈਨੂੰ ਨਾ ਹਿੰਮਤ ਦਾ ਫੋਨ ਆਉਂਦਾ ਸ਼ਾਮ ਜੇ ਨੂੰ ਹਿੰਮਤ ਨੇ ਹਿੰਮਵਾਜ ਦੱਸਦਾ ਕਹਿੰਦਾ ਅਸੀਂ ਸਾਡੇ ਵਾਲੇ ਕਹਿੰਦਾ ਅਸੀਂ ਰਾਈਟਰ ਸਰਚ ਕਰ ਲਏ ਸੀ ਗਾਣਾ ਕਰੀਏ ਵੀ ਗਾਣਾ ਲੱਭਣ ਲਈ ਕਿਹਨੂੰ ਮਿਲੀਏ ਕਰੀਏ ਕਹਿੰਦਾ ਨਾ ਸਾਡੇ ਵਾਲਾ ਗਾਣਾ ਸੱਚ ਉਹਦੇ ਸਾਡੇ ਵਾਲਾ ਰਿਲੀਜ਼ ਹੋਇਆ ਸੀ ਕਹਿੰਦਾ ਇਹ ਆਹ ਸੁਣਿਆ ਕਹਿੰਦਾ ਉਹਦੇ 'ਚ ਉਹ 'ਚ ਲੈਣ ਸੀਗੀ ਗੁਰੂ ਘਰ ਜਾਂ ਸਕੂਲ ਕੋਲੋਂ ਮੁੜ ਕੇ ਸਾਡੇ ਵਾਂਗੂ ਸਿੱਧੇ ਜਿਹੇ ਡਰੈਸ ਨੇ ਕਹਿੰਦਾ ਕੱਲ ਖੜਕੀ ਬਹੁਤ ਸਾਡੇ ਮੁੰਡੇ ਸੀ ਕਹਿੰਦਾ ਮੇਰੇ ਦੋਸਤ ਹਾਂ ਕੰਗ ਲਏ ਹਾਂ ਕਹਿੰਦੇ ਯਾਰ ਬਾਈ ਆਹ ਬੰਦੇ ਕੋਲੇ ਚੱਲੀਏ ਤੂੰ ਗਾਣਾ ਲਈਏ ਤੇ ਕਹਿੰਦਾ ਬਾਈ ਤੈਨੂੰ ਮੈਂ ਫੋਨ ਲਾ ਲਿਆ ਫੇਸਬੁੱਕ ਤੋਂ ਨੰਬਰ ਲੈ ਕੇ ਚਲੋ ਮੈਨੂੰ ਹਿੰਮਤ ਕਹਿੰਦਾ ਵੀਰੇ ਐਂ ਕਰਕੇ ਗਾਣਾ ਕਰਨਾ ਮੈਂ ਐਂ ਕਰਕੇ ਨਵਾਂ ਹੀ ਕੰਮ ਸ਼ੁਰੂ ਕਰਨਾ ਤੇ ਗਾਣਾ ਦਿਓ ਮੈਂ ਕਿਹਾ ਵੀਰੇ ਚਲੋ ਜਦੋਂ ਆਪਾਂ ਜੈਨੂੰ ਨਹੀਂ ਕਹਿੰਦੇ ਇਕੱਠੇ ਸੀ ਆਪਾਂ ਇਕੱਠੇ ਮੈਂ ਕਿਹਾ ਵੋਕਲ ਭੇਜ ਦਿਓ ਬਾਈ ਮੈਨੂੰ ਯਾਦ ਆ ਤੇ ਇਹਨੇ ਹਿੰਮਤ ਨੇ ਬਾਈ ਬਿੰਦਰ ਅਖੀਰ ਦਾ ਗਾਣਾ ਗਾ ਕੇ ਭੇਜਿਆ ਸੀ ਸ਼ੀਸ਼ਾ ਯਾਰ ਦਾ ਸ਼ੀਸ਼ਾ ਯਾਰ ਦਾ ਗਾਣਾ ਬਹੁਤ ਕਹਿਣਾ ਸੀ ਗੱਡੀ ਸੁਣਿਆ ਮੈਂ ਯਾਰ ਗਾਉਂਦਾ ਬਹੁਤ ਘੈਂਟਾ ਬੰਦਾ ਮੈਂ ਹਜੇ ਨੂੰ ਉਹ ਜਦੋਂ ਆਪਾਂ ਅੰਗੂਠਾ ਜਿਹਾ ਨੀ ਹੁੰਦਾ ਇੱਕ ਉਹਦੇ ਪਰਸਾਂ ਵਿੱਚ ਮੈਂ ਅੰਗੂਠਾ ਜਿਹਾ ਭੇਜਦਾ ਬਹੁਤ ਘੈਂਟ ਉਹਨੇ ਨਾਲ ਹੀ ਪਤੰਦਰ ਨੇ ਫੋਨ ਲਾ ਲਿਆ ਕਹਿੰਦਾ ਬਾਈ ਫਿਰ ਕਦੋਂ ਆਈ
ਇੱਕ ਗਾਣਾ ਸੀ ਪੈਗ ਯਾਰਾਂ ਦੀ ਪਾਏ ਵੇ ਸਰੂਰ ਦਿੰਦੇ ਆ ਸਿੱਪੀ ਗੱਲ ਬਾਈ ਦਾ ਹਾਂ ਜਿਹੜਾ ਸਿੱਪੀ ਨਾ ਆਇਆ ਬਾਅਦ ਚ ਤੇ ਇੱਕ ਮਿੱਤਰਾਂ ਦੇ ਗੋਦ ਪਿੱਛੇ ਵਾਲੀ ਤੇ ਇਹ ਗਾਣੇ ਦੋਨੇ ਜਾਣੀ ਕਿ ਹੋ ਗਏ ਵੀ ਇਹਨਾਂ ਚੋਂ ਗਾਣਾ ਕਰਦੇ ਹਾਂ ਚਲੋ ਬਈ ਕੇਰਾ ਅਹਿਮਦ ਹੋਣੀ ਚਾਹ ਪਾਣੀ ਰੋਟੀ ਪਾਣੀ ਖਾ ਕੇ ਚਲੇ ਗਏ ਤੇ ਮੈਨੂੰ ਦੁਪਹਿਰ ਨੂੰ 2 ਵਜੇ ਨੂੰ ਆਪਣਾ ਮੁੰਡਾ ਨੀ ਜਮੇਰ ਆਪਣੇ ਪਿੰਡ ਚ ਇਦਾਂ ਦਾ ਹਾਂ ਹਾਂਗਕਾਂਗ ਚ ਉਹਦਾ ਫੋਨ ਆਇਆ ਕਹਿੰਦਾ ਤੇਰੇ ਕੋਲ ਅੱਜ ਮੁੰਡੇ ਆਏ ਹੋਣੇ ਗਾਣਾ ਲੈਣ ਮੈਂ ਕਿਹਾ ਹਾਂ ਕਹਿੰਦਾ ਯਾਰ ਉਹ ਯੂਪੀ ਤੋਂ ਐਂ ਕਰਕੇ ਮੇਰਾ ਦੋਸਤ ਇੱਥੇ ਹਾਂਗਕਾਂਗ ਮੇਰੇ ਕੋਲੇ ਰਹਿੰਦਾ ਵੀ ਉਹ ਇਕੱਠੇ ਸਰਕਲ ਹੈ ਵੀ ਉਹਨਾਂ ਨੇ ਕਿਹਾ ਵੀ ਇੱਕ ਯਾਰ ਫਰਮਾਇਸ਼ ਆ ਮੈਂ ਕਿਹਾ ਦੱਸ ਬਾਈ ਆਪਾਂ ਪਿੰਡ ਦੇ ਬੰਦੇ ਆ ਕਿਹੜਾ ਜਵਾਬ ਆ ਉਹ ਕਹਿੰਦਾ ਫਰਮਾਇਸ਼ ਇਹ ਆ ਵੀ 2 ਗਾਣੇ ਉਹ ਕਰਕੇ ਗਏ ਨੇ ਸਿਲੈਕਟ ਉਹਨਾਂ ਚੋਂ ਤੂੰ ਦੱਸ ਕਿਹੜਾ ਗਾਣਾ ਕਰਨ ਉਹ ਕਹਿੰਦੇ ਤੂੰ ਸਾਨੂੰ ਰੌਂਦੇ ਤੂੰ ਫਾਈਨਲ ਕਰਾ ਦੇ ਤੈਨੂੰ ਵਧੀਆ ਲੱਗਦਾ ਤੈਨੂੰ ਲੱਗਦਾ ਕੱਲ ਹਾਂ ਵੀ ਤੈਨੂੰ ਜਿਹਦੇ ਤੇ ਵੱਧ ਭਰੋਸਾ ਨਾ ਮੈਂ ਕਿਹਾ ਯਾਰ ਵੀ ਚਲੋ ਗਾਣੇ ਤਾਂ ਦੋਨੇ ਹੀ ਵਧੀਆ ਨੇ ਵੀ ਪਰ ਮੈਨੂੰ ਵੀ ਖੁਸ਼ੀ ਹੋਈ ਬੰਦੇ ਭਰੋਸਾ ਕਰਦੇ ਨੇ ਸਹੀ ਵੀ ਗੱਲ ਰਾਈਟ ਨੂੰ ਵੱਧ ਪਤਾ ਹੁੰਦਾ ਗੱਲ ਤੇ ਮੈਂ ਚਲੋ ਮੈਂ ਕਿਹਾ ਵੀ ਐਂ ਕਰਕੇ ਸਾਹਿਬ ਗਾਣਾ ਉਹਨਾਂ ਨੂੰ ਕਹਦੇ ਕਰ ਗੋਤ ਵਾਲਾ ਗਾਣਾ ਕਰ ਲੈਣ ਤੇ ਚਲੋ ਗੋਤ ਵਾਲਾ ਗਾਣਾ ਉਹਨਾਂ ਨੂੰ ਮੈਂ ਕਿਹਾ 3 ਕੁ ਵਜੇ ਜਮੇਰ ਨੇ ਫੋਨ ਕੱਢਿਆ 5 ਵਜੇ ਨੂੰ ਹਿੰਮਤ ਨੇ ਮੈਨੂੰ ਡੰਮੀ ਕਰਕੇ ਭੇਜਤੀ ਤਾਂ ਥੈਂਕ ਯੂ ਹਿੰਮਤ ਨੇ ਬਹੁਤ ਘੈਂਟ ਗਾਇਆ ਯਾਰ ਤੇ ਜਦੋਂ ਕੋਈ ਬੰਦੇ ਕਾਮਯਾਬ ਹੁੰਦੇ ਨੇ ਨਾ ਤਾਂ ਉਹਨਾਂ ਦੇ ਪਿੱਛੇ ਉਹਨਾਂ ਦੀ ਅੱਗ ਉਹਨਾਂ ਦਾ ਜਨੂਨ ਕੰਮ ਕਰਦਾ ਹੁੰਦਾ ਇੱਕ ਬੰਦਾ ਆਉਂਦਾ ਗਾਣਾ ਲੈ ਜਾਂਦਾ ਸਾਲ ਕੱਢਦਾ ਨਹੀਂ ਆਪਣੇ ਨਾਲ ਇਹ ਵੀ ਹੋਇਆ ਬਿਲਕੁਲ ਬਿਲਕੁਲ ਇੱਕ ਬੰਦਾ ਆਇਆ ਗਾਣਾ ਬਣਾ ਕੇ ਹੱਥ ਨੂੰ ਨੇ ਕੰਮ ਪ੍ਰਤੀ ਬਹੁਤ ਸਮਰਪਤਾ ਵੇਖੇ ਦਾ ਕਲਾਕਾਰ ਰਹਿੰਦੇ ਹਿੰਮਤ ਬਹੁਤ ਸਮਰਪਤਾ ਤੇ ਉਹ ਗਾਣਾ ਫਿਰ ਐਂ ਕਰਕੇ ਇਹਨੂੰ ਮੈਂ ਦੇਤਾ ਗੱਲ ਆਪਣੀ ਫਿਰ ਉੱਥੇ ਰਹਿ ਗਈ ਤੇ ਬਾਈ ਬਾਬੇ ਨਾਲ ਕਿਤਨਾ ਕਿਵੇਂ ਨਿਬੜਿਆ ਮਤਲਬ ਤਾਂ ਉਹ ਗੱਲ ਵਿੱਚ ਹੀ ਰਹਿ ਗਈ ਫਿਰ ਨਿਬੜਨਾ ਫਿਰ ਬਾਬੇ ਨਾਲ ਵੀ ਨਿਬੜਨਾ ਸੀ ਤੇ ਉਹ ਗੱਲ ਇਹ ਹੋ ਗਈ ਵੀ ਉਹ ਤੱਕ ਬਾਏ ਬਾਈ ਨਾਲ ਮੇਰਾ ਰਿਲੇਸ਼ਨ ਵਧੀਆ ਹੋ ਗਿਆ ਸੀ ਮੈਂ ਇੰਡੀਆ ਆ ਗਿਆ ਸੀ ਇੱਕ ਦੋ ਵਾਰੀ ਮਿਲ ਪਿਆ ਸੀ ਬਾਏ ਬਾਈ ਨੂੰ ਹਨਾ ਤੇ ਇੱਕ ਥੋੜੀ ਜੀ ਇਹ ਸੰਭਾਵਨਾ ਹੋ ਗਈ ਸੀਗੀ ਵੀ ਹੁਣ ਜੇ ਬਾਏ ਬਾਈ ਨੂੰ ਕਹਿ ਦੇਗੇ ਬਾਬਾ ਬਾਈ ਆਪਾਂ ਹੋਰ ਕਰਦੇ ਹਾਂ ਕੋਈ ਤਾਂ ਬਾਈ ਸਮਝ ਲੂਗਾ ਤੇ ਚਲੋ ਮੈਂ ਜਦੋਂ ਗਾਣਾ ਆਇਆ ਤੇ ਬਾਏ ਬਾਈ ਨੇ ਮੈਨੂੰ ਫੋਨ ਕੀਤਾ ਕਹਿੰਦਾ ਰੋਂਦੇ ਗਾਣਾ ਬਹੁਤ ਘੈਂਟ ਗਾਦਾ ਵੀ ਮੁੰਡੇ ਨੇ ਆਪਣੇ ਵਾਲਾ ਇਹ ਵੀ ਗੱਲ ਗਿੱਲਾਂ ਨਾਲ ਹੋਈ ਵੀ ਹੈ ਨਾ ਕਿਉਂਕਿ ਜਿਵੇਂ ਦੋਨੇ ਕਲਾਕਾਰ ਬਾਈ ਬਾਬਾ ਤੇ ਬਾਈ ਜਵੰਦਾ ਸੀਗੇ ਹਨਾ ਤੇ ਜੇ ਇਹਨਾਂ ਕੋਲੇ ਗਾਣੇ ਗਿਆ ਹਿੰਮਤ ਕੋਲੇ ਗਿਆ ਤੇ ਹਿੰਮਤ ਨੇ ਨਿਭਾਇਆ ਬਹੁਤ ਹਾਂ ਇਹੀ ਰਾਜਵੀਰ ਵੀਰੇ ਨੇ ਕਿਹਾ ਗੁਰਨਾਮ ਨੇ ਸਾਰਿਆਂ ਨੇ ਵੀ ਯਾਰ ਮੁੰਡੇ ਨੇ ਗਾਇਆ ਬਹੁਤ ਘੈਂਟ ਕਿਉਂਕਿ ਹਿੰਮਤ ਨਵਾਂ ਸੀ ਉਦੋਂ ਪਰ ਐਂਟਰੀ ਬਹੁਤ ਵਧੀਆ ਸੀ ਤੇ ਉਹ ਬਾਏ ਬਾਈ ਦਾ ਫੋਨ ਆਇਆ ਕਹਿੰਦਾ ਗਾਣਾ ਆਪਣੇ ਵਾਲਾ ਦੇਤਾ ਫਿਰ ਮੈਂ ਕਿਹਾ ਹਾਂ ਬਾਈ ਯਾਰ ਵੀ ਐਂ ਕਰਕੇ ਉਹ ਲੇਟ ਵਾਲਾ ਹੋਈ ਜਾਂਦਾ ਸੀ ਗਾਣਾ ਆਪਾਂ ਹੋਰ ਕਰ ਉਹ ਕਹਿੰਦਾ ਨਹੀਂ ਕੋਈ ਨਹੀਂ ਆਪਾਂ ਤਾਂ ਕਰਨੇ ਹੀ ਆ ਗਾਣੇ ਗਾਹ ਕਰਾਂਗੇ ਪਰ ਯਾਰ ਕਹਿੰਦਾ ਮੈਨੂੰ ਖੁਸ਼ੀ ਆ ਗਾਣਾ ਬਹੁਤ ਘੈਂਟ ਗਾਇਆ ਤੇ ਮੈਨੂੰ ਇਹ ਗੱਲ ਜ਼ਰੂਰ ਲੱਗਦੀ ਹੈ ਵੀ ਮੈਂ ਐਵੇਂ ਹੀ ਰੱਖੀ ਰੱਖਿਆ ਗਾਣਾ ਰਿਲੀਜ਼ ਕਰ ਦੇਣਾ ਸੀ ਤੇ ਕਹਿੰਦਾ ਕੋਈ ਨਹੀਂ ਆਪਾਂ ਮੈਂ ਕਿਹਾ ਬਾਈ ਹੋਰ ਕਹਿੰਦਾ ਹਾਂ ਹਾਂ ਕਰਦੇ ਹਾਂ ਹੁਣ ਕੰਗਣ ਕਰਿਆ ਬਾਈ ਨੇ ਉਦੋਂ ਬਾਅਦ ਆਪਣਾ ਤੇ ਤਾਂ ਫਿਰ ਸਾਹਿਬ ਹਿੰਮਤ ਨੇ ਗਾਇਆ ਤੇ ਬਹੁਤ ਘੈਂਟ ਉਹਨੇ ਨਿਭਾਇਆ ਆਏ ਇਹਨਾਂ ਸਾਹਿਬ ਤੇ ਸਰਨੇਮ ਦੇ ਪਿੱਛੇ ਦੀ ਖਾਣੀ ਸੀ ਉਦੋਂ ਬਾਅਦ ਆਪਣੇ ਗਾਣੇ ਬਹੁਤ ਆਏ ਹਨਾ ਕੰਮ ਵਾਲੀ ਪੰਚਾਇਤ ਤੋਂ ਲੈ ਕੇ ਸਰਨੇਮ ਕੰਗਣੀ ਦਸਤੂਰ ਹੋ ਗਿਆ ਇਹ ਹੁਣ ਜਿੰਨੀਆਂ ਵੀ ਗਾਣੇ ਦੇ ਪਿੱਛੇ ਸਟੋਰੀਆਂ ਹਨਾ ਹੁਣ ਤੁਹਾਡੇ ਡਿਪੈਂਡ ਕਰਦੀਆਂ ਹਰ ਗਾਣੇ ਦੇ ਪਿੱਛੇ ਕਹਾਣੀ ਆ ਹਰ ਗਾਣੇ ਲਈ ਇੱਕ ਤੁਸੀਂ ਸਾਨੂੰ ਕਮੈਂਟ ਕਰੋਗੇ ਦੱਸੋਗੇ ਸਾਨੂੰ ਯੂਟਿਊਬ ਦੇ ਉੱਤੇ ਕਿ ਆਹ ਗਾਣੇ ਦਾ ਕਰੋ ਤੇ ਹੁਣ ਤੁਸੀਂ ਅਸੀਂ ਅੱਜ ਇਹ ਪਾ ਦੇਣੀ ਹੈ ਵੀਡੀਓ ਸਾਡਾ ਪਹਿਲਾ ਐਪੀਸੋਡ ਆ ਇਹ ਅੱਜ ਪਹਿਲਾ ਐਪੀਸੋਡ ਆ ਇਹ ਮੁੰਡਾ ਨਵਾਂ ਕੰਮ ਸ਼ੁਰੂ ਕਰ ਰਿਹਾ ਹੈ ਬੋਲਣ ਵਾਲਾ ਮੋਬਾਈਲ ਸਾਹਮਣੇ ਬਸ ਆ 2-3 ਦਿਨ ਹੋ ਗਏ ਸਾਨੂੰ ਇਹ 3 ਦਿਨ ਹੋ ਗਏ ਸਾਨੂੰ ਰਿਹਰਸਲ ਕਰਦਿਆਂ ਨੂੰ ਪਹਿਲੇ 2 ਦਿਨ ਦਾ ਸਾਡਾ ਮੋਬਾਈਲ ਖੁੰਗਰੀ ਚ ਨਹੀਂ ਸੈੱਟ ਆਇਆ 1 ਦਿਨ ਅਸੀਂ ਸੈੱਟ ਕਰਕੇ ਇਥੋਂ ਬਟਨ ਨੱਪ ਕੇ ਆ ਕੇ ਬਹਿ ਗਏ ਬੋਲੀ ਗਏ ਤੇ ਉਹ ਕੈਮਰਾ ਦੂਜੇ ਪਾਸੇ ਚੱਲੀ ਗਿਆ ਮੇਰਾ ਇਧਰਲਾ ਕੰਨ ਆਈ ਆਈ ਗਿਆ ਸੀ ਇੱਥੇ ਬੈਠੇ ਇੰਟਰਵਿਊ ਪੂਰੀ ਕਰੀ ਗਏ ਜਦੋਂ ਬਾਅਦ ਚ ਵੇਖਿਆ ਕੋਈ ਕਰਾਂਗੇ ਤੱਕ ਆ ਮਾਹੌਲ ਜਿਹਾ ਠੀਕ ਹੋ ਜੇ ਤੇ ਅਸੀਂ ਸਟੈਂਡ ਵੀ ਲੈ ਆਈਏ ਅਸੀਂ ਕੋਈ ਕਰਾਂਗੇ ਅਗਲੀ ਵਾਰ ਤੱਕ ਸਟੈਂਡ ਲੈ ਆਈਏ ਤੇ ਜੇ ਨਹੀਂ ਮਾਹੌਲ ਸੈੱਟ ਹੁੰਦਾ ਫਿਰ ਆਪਾਂ ਦੇਸ ਤਰੀਕਾ ਸਹੀ ਹੈਗਾ ਤਾਲੀਆਂ ਕਿੱਕਰਾਂ ਦਾ ਖੇਤਾਂ ਚ ਹੈਗੀ ਨੇ ਤੇ ਅਗਲੇ ਹੁਣ ਅਸੀਂ ਜਿਹੜੀ ਗੱਲ ਕਹਿ ਰਹੇ ਹਾਂ ਅੱਜ ਇਹ ਤੁਹਾਨੂੰ 2 ਗਾਣਿਆਂ ਬਾਰੇ ਅਸੀਂ ਦੱਸਿਆ ਤੁਹਾਨੂੰ ਪਹਿਲਾਂ ਥੋੜਾ ਥੈਂਕ ਯੂ ਤੁਸੀਂ ਆਪਣੇ ਗਾਣੇ ਪਸੰਦ ਕੀਤੇ ਨੇ ਅਗਲੇ ਗਾਣਿਆਂ ਬਾਰੇ ਜਿਹੜਿਆਂ ਬਾਰੇ ਤੁਸੀਂ ਪਹਿਲਾਂ ਚਾਹੋਗੇ ਪੁੱਛਣਾ ਉਹਨਾਂ ਦਾ ਨਾਮ ਲਿਖ ਕੇ ਤੁਸੀਂ ਥੱਲੇ YouTube ਤੇ ਕਮੈਂਟ ਕਰ ਦਿਓ ਤੇ ਅਸੀਂ ਉਹਨਾਂ 2 ਗਾਣਿਆਂ ਬਾਰੇ ਤੁਹਾਨੂੰ ਅੱਗੇ ਦੱਸਾਂਗੇ ਉਹ ਗਾਣੇ ਦੀ ਪਿਛਲੀ ਸਟੋਰੀ ਕੀ ਸੀਗਾ ਕਿਵੇਂ ਲਿਖਿਆ ਕਿਵੇਂ ਰਿਕਾਰਡ ਹੋਇਆ ਹਾਂ ਕਿਵੇਂ ਰਿਕਾਰਡ ਹੋਇਆ ਕਿਵੇਂ ਸਿੰਗਰ ਤੱਕ ਉਹ ਗਾਣਾ ਪਹੁੰਚਿਆ ਤੇ ਇਹ ਵੀ ਗੱਲਾਂ ਬਹੁਤ ਇੰਟਰਸਟਿੰਗ ਕਿਸੇ ਹੋਰ ਵੀ ਨੇ ਜਿਵੇਂ ਲੋਕਾਂ ਦੇ ਦਿਮਾਗ ਹੁੰਦੀ ਹੈ ਨਾ ਗੱਲ ਕਿ ਕਿਸੇ ਸਿੰਗਰ ਨੂੰ ਸੋਚ ਕੇ ਗਾਣਾ ਲਿਖਿਆ ਕਿਵੇਂ ਲਿਖਿਆ ਹਨਾ ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੇ ਰਿਹਾ ਕਰਾਂਗੇ ਜਿਵੇਂ ਹੁਣ ਸਾਹਿਬ ਗਾਣਾ 3 ਥਾਵਾਂ ਤੋਂ ਗਾਂਭਸ਼ਾਂ ਹੋ ਕੇ ਗਿਆ ਹਨਾ ਹਰੇਕ ਗਾਣੇ ਦੀਆਂ ਅੱਡ ਅੱਡ ਕਹਾਣੀਆਂ ਨੇ ਤੇ ਉਦੋਂ ਤੱਕ ਲਈ ਤੁਸੀਂ ਸਾਨੂੰ ਆਹ ਸਾਡਾ ਦੇਖਿਓ ਨਾਲੇ ਸਾਨੂੰ ਦੱਸ ਦਿਓ ਤੁਸੀਂ ਇਹ ਵਧੀਆ ਐਂ ਕਰਦੇ ਹੋ ਐਂ ਬੋਲ ਕੇ ਜੇ ਨਾਲੇ ਐਂ ਦੱਸ ਦਿਓ ਤੇ ਨਾਲੇ ਤੁਸੀਂ ਆਪਣਾ ਚੈਨਲ ਗਿੱਲ ਰੌਂਤਾ ਪ੍ਰੋਡਕਸ਼ਨ ਸਬਸਕ੍ਰਾਈਬ ਕਰ ਲਓ ਹੁਣ ਅਸੀਂ ਪਹਿਲਾਂ ਇਹ ਤੇ ਲਿਖ ਕੇ ਪਾਵਾਂਗੇ ਐਪੀਸੋਡ 1 ਬਿਹਾਈਂਡ ਦਾ ਕੀ ਹੁੰਦਾ ਤੇਰੀ ਆਈਲੈਟਸ ਕੀਤੀ ਆ ਦੱਸ ਬਿਹਾਈਂਡ ਦਾ ਥਾਟ ਹੋਰ ਕੀ ਲਿਖਾਂਗੇ ਅੰਗਰੇਜ਼ੀ ਚ ਜਿਵੇਂ ਲਵਲੀ ਕਹੂਗਾ ਉਵੇਂ ਲਿਖਾਂਗੇ ਥੱਲੇ ਐਪੀਸੋਡ 1 ਮੈਨੂੰ ਪਤਾ ਲਿਖਾਂਗੇ
ਤੇ ਇਹ ਦੋ ਗਾਣਿਆਂ ਸਰਨੇਮ ਤੇ ਸਾਹਿਬ ਦਾ ਤੇ ਇਹ ਤੋਂ ਬਾਅਦ ਤੁਸੀਂ ਜਿਹੜੇ ਗਾਣਿਆਂ ਦਾ ਨਾਂ ਥੱਲੇ ਲਿਖੋਗੇ ਅਸੀਂ ਉਹਨਾਂ ਬਾਰੇ ਤੁਹਾਡੇ ਨਾਲ ਅਗਲੇ ਭਾਗ ਦੇ ਵਿੱਚ ਗੱਲਬਾਤ ਕਰਾਂਗੇ ਤੇ ਤੁਸੀਂ ਇਹਨੂੰ ਸੁਣਿਓ ਅਸੀਂ ਬੋਲਿਆ ਸਵੀਕਾਰ ਕਰੋ ਸਾਡਾ ਹਾਂ ਅਸੀਂ ਬਾਈ ਨਵੇਂ ਬੰਦੇ ਆ ਅਸੀਂ ਤਾਂ ਹੁਣ ਆਏ ਆ ਕਰੋਨਾ ਕਰਕੇ ਘਰੇ ਆ ਤੁਸੀਂ ਵੀ ਘਰੇ ਹੋ ਤੇ ਆਪਾਂ ਆਪਸ ਵਿੱਚ ਜੁੜੇ ਆ ਨਾਲੇ ਤਾਂ ਨਾਲੇ ਐਂਟਰਟੇਨ ਦਾ ਸਾਧਨ ਬਣਾਇਆ ਆਪਦਾ ਤੇ ਨਾਲੇ ਅਸੀਂ ਚਾਹੁੰਦੇ ਆ ਵੀ ਸਾਰੀਆਂ ਦਿਲ ਦੀਆਂ ਗੱਲਾਂ ਗੱਲਾਂ ਜ਼ਰੂਰੀ ਵੀ ਸੀਗੀਆਂ ਹਾਂ ਕਿਉਂਕਿ ਯਾਰ ਅਸੀਂ ਨਹੀਂ ਚਾਹੁੰਦੇ ਵੀ ਆਪਾਂ ਕੋਈ ਬਹੁਤ ਨਿੱਕੇ ਜਿਹੇ ਥਾਂ ਚ ਲਿਖਾਰੀ ਬਣ ਕੇ ਰਹੀਏ ਵੀ ਕਿਸੇ ਨੂੰ ਕੁਝ ਦੱਸਣਾ ਹੀ ਨਹੀਂ ਜਿੰਨੀ ਕੁ ਮੈਂ ਜੋ ਮੇਰੇ ਨਾਲ ਵਾਪਰਿਆ ਹੁਣ ਤੱਕ ਦੇ ਗੱਲਾਂ ਬਾਤਾਂ ਮੈਂ ਅੱਗੇ ਵੀ ਇੰਟਰਵਿਊ ਚ ਜਿੰਨੀਆਂ ਕੁ ਦੱਸਦਾ ਰਹਿਣਾ ਹੁਣ ਵੀ ਇਹ ਤੁਹਾਨੂੰ ਗੀਤਾਂ ਪਿੱਛੇ ਕੀ ਹੁੰਦਾ ਇਹ ਸਾਰਾ ਕੁਝ ਦੱਸਣ ਲਈ ਅਸੀਂ ਇਹ ਕੰਮ ਸ਼ੁਰੂ ਕੀਤਾ ਬਿਹਾਈਂਡ ਦਾ ਥੌਟ ਜਿਹੜਾ ਫੋਰ ਸੌਂਗ ਸਾਰਿਆਂ ਦਾ ਬਾਕੀ ਸਾਰਿਆਂ ਨੇ ਘਰੇ ਰਹੋ ਤੇ ਸੇਫ ਰਹੋ ਜੋ ਵੀ ਡਾਕਟਰ ਤੇ ਜਾਂ ਆਪਣੇ ਦੱਸ ਰਹੇ ਆ ਨਾ ਸਰਕਾਰਾਂ ਤੇ ਉਸ ਤਰ੍ਹਾਂ ਫੋਲੋ ਕਰੋ ਉਹਨਾਂ ਨੂੰ ਰੂਲ ਥੈਂਕ ਯੂ ਸਾਰਿਆਂ ਦਾ